पंजाब के गभरुआ नूं मिलदा हुंगारा मिस्टर पंजाब 2016 ते इस वारी बहुत सारे गुणी जजेस जिहड़े ने ओह इस नाल जुड़े ने जिहड़े साडे सारे साडे नाल इस वेले मौजूद ने ते फेसबुक ते भी असीं बकायदा लाइव जा रहे हैं तुहाडा सारिआं दा जी आइआं नूं पीटीसी पंजाबी विच प्लेजर जी प्लेजर ਭਾਜੀ ਪਹਿਲੇ ਤਾਂ ਜਾਣਨਾ ਚਾਹਾਂਗੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਐਕਸਪੀਰੀਅੰਸ ਹੁਣ ਤੱਕ ਦਾ ਕਿਹੋ ਜਿਹਾ ਰਿਹਾ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਅੰਮ੍ਰਿਤਸਰ ਤੋਂ ਅਸੀਂ ਸ਼ੁਰੂ ਹੋਈ ਸੀ ਫਿਰ ਅਸੀਂ ਜਲੰਧਰ ਗਏ ਫਿਰ ਲੁਧਿਆਣੇ ਗਏ ਅਤੇ ਹੁਣ ਅਸੀਂ ਚੰਡੀਗੜ੍ਹ 'ਚ ਹਾਂ ਸਾਡੇ ਅੰਮ੍ਰਿਤਸਰ ਦੇ ਜਿਹੜੇ ਮੁੰਡੇ ਸੀ ਉਹ ਕੁਛ ਅਲੱਗ ਸੀ ਉੱਥੋਂ ਕੁਛ ਸਾਨੂੰ ਉਮੀਦਾਂ ਕਾਫੀ ਸੀ ਲੇਕਿਨ ਫਿਰ ਵੀ ਸਾਨੂੰ ਜਿੰਨੀਆਂ ਮਿਲੀਆਂ ਉਹ ਖਰੀਆਂ ਮਿਲੀਆਂ ਉਹ ਅੱਛੇ ਮੁੰਡੇ ਮਿਲੇ ਸਾਨੂੰ ਉਸ ਤੋਂ ਅੱਛੇ ਸਾਨੂੰ ਲੁਧਿਆਣੇ ਆਪਣਾ ਜਲੰਧਰ ਤੋਂ ਮਿਲੇ ਫਿਰ ਲੁਧਿਆਣੇ ਤੋਂ ਮਿਲੇ ਅਤੇ ਹੁਣ ਸਾਨੂੰ ਇਹ ਹੈ ਕਿ ਚੰਡੀਗੜ੍ਹ 'ਚ ਸਾਨੂੰ ਹੋਰ ਬੈਟਰ ਮੁੰਡੇ ਮਿਲਣਗੇ ਮੈਸੇਜ ਆ ਰਿਹਾ ਪਿੰਡਾ ਭਾਜੀ ਦਾ ਸਾਰੇ ਤੁਹਾਨੂੰ ਹਾਈ ਕਹਿ ਰਹੇ ਨੇ ਅਤੇ ਆਲ ਦਾ ਬੈਸਟ ਵੀ ਕਹਿ ਰਹੇ ਨੇ ਅੱਛਾ ਪ੍ਰੋਗਰਾਮ ਹੈਗਾ ਇਹ ਪੀਟੀਸੀ ਪੰਜਾਬੀ ਦਾ ਮਿਸਟਰ ਪੰਜਾਬ ਜਿੱਥੇ ਮੈਨੂੰ ਲੱਗਦਾ ਕਿ ਜਿਹੜੇ ਆਮ ਛੋਟੇ ਛੋਟੇ ਕਸਬਿਆਂ ਤੋਂ ਛੋਟੇ ਛੋਟੇ ਸ਼ਹਿਰਾਂ ਤੋਂ ਜਦੋਂ ਮੁੰਡੇ ਆਉਂਦੇ ਆ ਔਰ ਇੱਥੇ ਆ ਕੇ ਉਹਨਾਂ ਨੂੰ ਮੌਕਾ ਮਿਲਦਾ ਕਿਉਂਕਿ ਕਈ ਵਾਰੀ ਬੜਾ ਟੈਲੈਂਟ ਹੁੰਦਾ ਸਾਡੇ ਯੰਗਸਟਰ ਦੇ ਵਿੱਚ ਔਰ ਬਟ ਉਹ ਬੈਠੇ ਪਿੰਡਾਂ ਦੇ ਵਿੱਚ ਨੇ ਜਾਂ ਉਨੀਆਂ ਫੈਸਿਲਿਟੀਆਂ ਨਹੀਂ ਉੱਥੇ ਹੈਗੀਆਂ ਉਹ ਅੱਗੇ ਆ ਨਹੀਂ ਪਾਉਂਦੇ ਬਟ ਇਹ ਇੱਕ ਇਹੋ ਜਿਹਾ ਪਲੇਟਫਾਰਮ ਆ ਜਿਹਦੇ 'ਤੇ ਅਗਰ ਤੁਹਾਡੇ 'ਚ ਕੋਈ ਕੁਆਲਿਟੀਜ਼ ਹੈਗੀਆਂ ਨੇ ਹੈ ਨਾ ਔਰ ਤੁਹਾਡੇ 'ਚ ਕਾਬਲੀਅਤ ਹੈਗੀ ਆ ਤੋ ਇੱਥੇ ਕੋਈ ਕਿਸੇ ਨਾਲ ਪੱਖਪਾਤ ਨਹੀਂ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਔਰ ਆਪਣੀ ਕਾਬਲੀਅਤ 'ਤੇ ਬੰਦਾ ਅੱਗੇ ਜਾਂਦਾ ਔਰ ਬਹੁਤ ਮੁੰਡੇ ਆਏ ਵੀ ਆ ਛੋਟੇ ਛੋਟੇ ਪਿੰਡਾਂ ਤੋਂ ਔਰ ਅੱਗੇ ਜਾ ਕੇ ਮੇਰਾ ਖਿਆਲ ਉਹ ਅੱਛਾ ਚੈਲੰਜ ਬਣਨਗੇ ਸਾਰਿਆਂ ਦੇ ਲਈ ਕੋਈ ਸਮਾਈਲੀ ਭੇਜ ਰਿਹਾ ਅਤੇ ਕੋਈ ਕਹਿ ਰਿਹਾ ਕਿ ਐਂਡ ਪ੍ਰੋਗਰਾਮ ਜਿਹੜਾ ਹੁਣ ਤੱਕ ਰਿਹਾ ਮਿਸਟਰ ਪੰਜਾਬ ਦਾ ਭਾਜੀ ਕਿਹੜੇ ਕਿਹੜੇ ਪੈਰਾਮੀਟਰਸ ਨੇ ਜਿਨ੍ਹਾਂ ਉੱਤੇ ਇਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਇਹਨਾਂ ਗੋਬਰੂਆਂ ਦਾ ਟੈਸਟ ਲਿੱਤਾ ਜਾ ਰਿਹਾ ਵੀ ਵੇਖਣ ਵਾਲੇ ਜਿਹੜੇ ਵੀ ਬੰਦੇ ਇਸ ਪੇਜ 'ਤੇ ਆਉਣਗੇ ਉਹਨਾਂ ਸਭ ਨੂੰ ਸਾਡੇ ਚਾਰਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜਾ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਦੇ ਹਾਂ ਉਹ ਹੈਗਾ ਮੁੰਡੇ ਦਾ ਕੌਨਫੀਡੈਂਸ ਅਤੇ ਜੋ ਗਰੇਵਾਲ ਸਾਹਿਬ ਨੇ ਗੱਲ ਕਹੀ ਮੈਂ ਉਸੇ ਗੱਲ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਵਧਾਵਾਂਗਾ ਕਿ ਜਿਹੜੇ ਛੋਟੇ ਸ਼ਹਿਰਾਂ 'ਚ ਰਹਿੰਦੇ ਨੇ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਸ਼ਾਇਦ ਇਹ ਕੰਪਲੈਕਸ ਹੋ ਜਾਂਦਾ ਯਾਰ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਯਾਰ ਮੈਨੂੰ ਤਾਂ ਸ਼ਹਿਰੀ ਤਰੀਕੇ ਨਹੀਂ ਪਤਾ ਹੈਗੇ ਆਪਣੀ ਸ਼ਖਸੀਅਤ ਜੋ ਅਸਲੀ ਹੈਗੀ ਹੈ ਉਹ ਇੱਥੇ ਲੈ ਕੇ ਆਓ ਕੋਈ ਦਿਖਾਵਾ ਨਾ ਕਰੋ ਜੋ ਤੁਸੀਂ ਨਹੀਂ ਹੈਗੇ ਹੋ ਉਹ ਵਿਖਾਉਣ ਦੀ ਕੋਸ਼ਿਸ਼ ਨਾ ਕਰੋ ਜੋ ਤੁਸੀਂ ਹੈਗੇ ਹੋ ਉਹੀ ਓ ਵਿਖਾਓ ਔਰ ਮੈਂ ਕਹਿੰਦਾ ਕਿ ਜਿਹੜੇ ਵੀ ਇਸ ਪ੍ਰੋਗਰਾਮ ਵਿੱਚ ਅੱਗੇ ਵੀ ਆਉਣਾ ਚਾਹੁੰਦੇ ਨੇ ਉਹ ਇੱਕੋ ਚੀਜ਼ ਦਾ ਧਿਆਨ ਰੱਖਣ ਕਿ ਆਪਣੀ ਪਰਸਨੈਲਿਟੀ ਨੂੰ ਅੱਜ ਤੋਂ ਹੀ ਸੁਧਾਰੋ ਸਿਰਫ ਕਿਸੇ ਰਾਈਟਰ ਦਾ ਨਾਂ ਨਾ ਪੜੋ ਉਸ ਰਾਈਟਰ ਨੇ ਲਿਖਿਆ ਕੀ ਹੈ ਉਹਨੂੰ ਵੀ ਪੜੋ ਤਾਂ ਕਿ ਉਹਦੀ ਕਹਾਣੀ ਤੁਹਾਡੇ ਅੰਦਰ ਰਚ ਬਸ ਜਾਏ ਉਹ ਪੰਜਾਬ ਦੀਆਂ ਬੜੀਆਂ ਗੂੜੀਆਂ ਕਹਾਣੀਆਂ ਨੇ ਪੰਜਾਬੀ ਸੱਭਿਅਤਾ ਉਹੀ ਉਹੀ ਹੈਗੀ ਹੈ ਅਤੇ ਤੁਹਾਨੂੰ ਕੀ ਲੱਗਦਾ ਕਿ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ ਮਿਸਟਰ ਪੰਜਾਬ ਦੇ ਜ਼ਰੀਏ ਉਹ ਕਿੰਨੀ ਕੁ ਹੋ ਰਹੀ ਹੈ ਇਹਨਾਂ ਗੱਲ ਜਿਹੜੇ ਨਹੀਂ ਆਪਾਂ ਦੇ ਵੇਟ ਕਰਦੇ ਨੇ ਉਹ ਜਿੰਮ ਜਾਂਦੇ ਨੇ ਜਿੰਮ ਜਾ ਕੇ ਤਿਆਰੀਆਂ ਕਰਦੇ ਨੇ ਮੁੰਡੇ ਨੇ ਉਹਨਾਂ ਨੂੰ ਇੱਕ ਮਕਸਦ ਦਿੱਤਾ ਮਿਸਟਰ ਪੰਜਾਬ ਨੇ ਸਾਡੇ ਪੀਟੀਸੀ ਚੈਨਲ ਨੇ ਅਤੇ ਸਾਡੇ ਯੂਥ ਕੋਲ ਇੱਕ ਮਕਸਦ ਹੋਣਾ ਬਹੁਤ ਜ਼ਰੂਰੀ ਹੈ ਅਤੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਉਪਰਾਲਾ ਦੀ ਵੋਕੈਬਲਰੀ ਹੈ ਉਹਨਾਂ ਦਾ ਅੰਦਾਜ਼ ਹੈ ਉਸ ਉੱਤੇ ਵੀ ਤਵੱਜੋ ਦਿੱਤੀ ਜਾ ਰਹੀ ਬਿਲਕੁਲ ਜੀ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਮੁੰਡਾ ਮਿਸਟਰ ਪੰਜਾਬ ਆ ਮੇਰੇ ਹਿਸਾਬ ਨਾਲ ਮਤਲਬ ਉਹ ਸੋਹਣਾ ਤਾਂ ਹੋਣਾ ਹੀ ਚਾਹੀਦਾ ਹੈ ਨਾ ਜੇ ਇੱਕ ਵਧੀਆ ਮੁੰਡਾ ਦੇਖਣ ਨੂੰ ਪਰਸਨੈਲਿਟੀ ਉਹਦੀ ਅੱਛੀ ਡੀਲ ਡੋਲ ਅੱਛੀ ਹੈ ਨਾ ਬੋਡੀ ਸ਼ੋਡੀ ਸਭ ਕੁਝ ਵਧੀਆ ਹੋਣਾ ਚਾਹੀਦਾ ਔਰ ਉਹਦੇ ਤੋਂ ਬਾਅਦ 'ਚ ਪੰਜਾਬ ਬਾਰੇ ਜਾਣਕਾਰੀ ਹੋਣੀ ਸੋ ਉਹ ਤਾਂ ਜ਼ਰੂਰੀ ਹੈ ਕੱਲ੍ਹ ਨੂੰ ਤੁਸੀਂ ਮਿਸਟਰ ਪੰਜਾਬ ਬਣ ਕੇ ਕਿਤੇ ਜਾਣਾ ਤੁਹਾਡੇ ਤੋਂ ਕੁਐਸਚਨ ਹੋਣਗੇ ਪੰਜਾਬ ਦੇ ਬਾਰੇ ਪੰਜਾਬ ਦੇ ਵਿਰਸੇ ਦੇ ਬਾਰੇ ਜੇ ਤੁਸੀਂ ਸੋਹਣੇ ਹੋ ਔਰ ਤੁਸੀਂ ਜਾਣਦੇ ਕੁਛ ਨਹੀਂ ਪੰਜਾਬੀਅਤ ਦੇ ਬਾਰੇ ਫਿਰ ਵੀ ਗੱਲ ਨਹੀਂ ਬਣਦੀ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਜਿਹੜਾ ਇੱਥੇ ਕੋਈ ਜਵਾਨ ਇੱਥੇ ਨੌਜਵਾਨ ਆਉਂਦਾ ਹੈ ਉਹਦੀ ਸੋਚ ਕੀ ਹੈ ਉਹ ਆਪਣੇ ਪ੍ਰਤੀ ਕੀ ਸੋਚਦਾ ਆਪਣੇ ਸਮਾਜ ਪ੍ਰਤੀ ਕੀ ਸੋਚਦਾ ਆਪਣੇ ਫੈਮਿਲੀ ਪ੍ਰਤੀ ਕੀ ਸੋਚਦਾ ਆਪਣੀ ਪੰਜਾਬ ਬਾਰੇ ਕੀ ਸੋਚਦਾ ਸਾਨੂੰ ਅਗਰ ਉਹ ਇੰਨੀ ਕੋਈ ਸੋਚ ਵੀ ਸਾਨੂੰ ਕਿਸੇ ਮੁੰਡੇ 'ਚੋਂ ਮਿਲ ਜਾਂਦੀ ਨਾ ਤਾਂ ਅਸੀਂ ਉਹਨੂੰ ਸਿਲੈਕਟ ਕਰ ਲੈਂਦੇ ਹਾਂ ਅਤੇ ਭਾਜੀ ਤੁਹਾਡਾ ਗੀਤ ਜਿਹੜਾ ਹੁਣੇ ਆਇਆ ਕਰਮਾ ਵਾਲੀ ਜਿਹੜੀ ਆਇਆ ਅਤੇ ਅੱਜ ਦੇ ਮੌਕੇ 'ਤੇ ਜੇ ਚਾਹਾਂਗੇ 2-17 ਉਹਦੀ ਵੀ ਹੋ ਜਾਣ ਕਿਉਂਕਿ ਕਰਮਾ ਵਾਲੇ ਹੀ ਹੋਣਗੇ ਜੋ ਕੱਲ੍ਹ ਨੂੰ ਮਿਸਟਰ ਪੰਜਾਬ ਮੰਨਣਗੇ ਜਾਂ ਸਿਰਫ ਇਸ ਵਿੱਚ ਪਾਰਟੀਸਪੇਟ ਹੀ ਕਰ ਪਾਣਗੇ ਕਰਮਾ ਵਾਲੇ ਅਸੀਂ ਤਾਂ ਆਪ ਸੁੱਖਾਂ ਸੁੱਖਦੇ ਹਾਂ ਕੋਈ ਚੰਗਾ ਮਿਸਟਰ ਪੰਜਾਬ ਕਿਉਂਕਿ ਇਹਨਾਂ ਦੀ ਇੱਜ਼ਤ ਵੀ ਮੈਂ ਕਹਿੰਦਾ ਦਾਅ 'ਤੇ ਲੱਗੀ ਜੀ 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 ਉਹ ਜਮਾ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰ ਸਮਝੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ ਫਲ ਲੱਗਦੇ ਹੁੰਦੇ ਆ ਸਦਾ ਨੀਵੇ ਰੁੱਖ ਤੇ ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾ ਸੁੱਖ ਸੁੱਖ ਕਰਮਾਂ ਵਾਲੇ ਹੋਣਗੇ ਜੋ ਮਿਸਟਰ ਪੰਜਾਬ ਵਿੱਚ ਪੁੱਜਣਗੇ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਆਲ ਦ ਬੈਸਟ